Brava. ਸਸਿਕਾ ਜੀ ਸਾਰਿਆਂ ਨੂੰ ਕੀ ਸਾਰੇ ਕਮੈਂਟ ਹੋਣਗੇ ਤੇ ਅੱਜ ਦਾ ਆਪਾਂ ਫਿਰ ਵਲੌਗ ਕੰਟੀਨਿਊ ਕਰਨ ਲੱਗੇ ਆ ਵੈਲਕਮ ਬੈਕ ਟੂ ਚੈਨਲ ਗਾਇਜ਼ ਤੇ ਓਏ ਓਏ ਸ਼ਦਬ ਇਤੀ ਗਦਲਦੀ ਵੜਤੀ ਮੇਰੇ ਵੀ ਲੰਗ ਨਾ ਪਾਪਾ ਨੂੰ ਮੇਰੇ ਵੀ ਇੰਦੀ ਵੱਡੀ ਓਏ ਕਿੰਨੀ ਜਿਆਦਾ ਵੱਡੀ ਮੇਰੇ ਵੀ ਵੱਡੀ ਸੀ ਰਾਸ ਹਾਈ ਤੁਸੀਂ ਕਦੇ ਵੱਡੀ ਕਦੋਂ ਸੱਤੋ ਰੇ ਮੇਰੇ ਨਾਲ ਉੱਠ 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 ਨਹੀਂ ਵੱਡਿਆ ਨਹੀਂ ਲੱਗਿਆ ਨਹੀਂ ਵੱਜਣ ਦਿੱਤਾ ਓਏ ਇਦਾਂ ਥੋੜੀ ਵੱਜ ਜਾਂਦਾ ਥੋੜੀ ਵੱਜ ਲਿਆ ਛੋਟੀ ਆਈ ਹੈ ਕੋਈ ਨਾ ਕਰ ਲੈਂਦੇ ਮੇਰੇ ਉੱਤੇ ਛੋਟੀ ਆਈ ਹੈ ਜਿੰਦੀ ਵੜ ਮੇਰੇ ਉੱਤੇ ਸੁਸੂ ਕਰਦਾ ਹੁੰਦਾ ਸੀ ਜਿੰਦੀ ਵੜਤੀ ਓ ਨਾ ਯਾਰ ਮਾਰਨਾ ਕੁੱਤੇ ਨੂੰ ਮਾਰ ਕੁੱਤੇ ਨੂੰ ਲੈ ਖੇਚ ਅਰੇ ਹੁਣ ਆ ਵੱਡਣ ਲੱਗਿਆ ਦੰਦੀ ਮੇਰੇ ਹਾਂ ਨਾ ਜਿੱਤ ਗੰਦੀਆਂ ਵੜਦਾ ਗੰਦੀਆਂ ਜਾ ਗੰਦੀਆਂ ਨਾ ਵੱਡਣਾ ਮੈਂ ਦੇਖੋ ਯਾਰ ਤੁਸੀਂ ਗੰਦੀ ਵੜਤੀ ਮੇਰੇ ਯਾਰ बाकी तेरा भरा बाकी तेरा अज इधर आए हुए थे जद के अपन कोई काम सी थप्पड़ बाकी पैने हुण इन्हां दे गंदिया बहुत पड़ता मां गंदिया पड़ता तू इधर आए थे आप काम थोड़ा जा हम आप मम्मी ने लैके चलते घरे घरे जाके मिलते क्योंकि अज है वा वीरवार अज आप जाना वा बाबा जी दरगाह से हम जाके तैयार त्यार होने क्योंकि गए नहीं है सवेर के अज मैं कल ही जाऊँगा देखते हैं पहला बाइक वगैरह धोने जाके हम चलीए हाँ जी गाइस फाइनली आप घर पहुँच गए तो हम गल करिए गल करिए हूँ मैं घर पहुँचा वा तो बाइक आप इतने खड़ी करती है मम्मा लिया वा तो हम गल करिए हम आप कहने यार हजे नहाना भी आ नहा के हजे रोटी रोटी खा के नहा के फिर आप चलते हैं बाबे के मत्था टेकन तो मत्था टेक के नाले अज फस्ट डे है ट्यूशन का तो फ्रॉम ट्वैल्थ क्लास तो हम पहले रोटी रोटी खाइए ना उस तो बाद नहाइए नहा धो के फिर आप चलते हैं गाइस फाइनली हूँ मैं रोटी वगैरह लेके आती है तो रोटी खाने लग गया वा जाना तुम तो रोटी आ हम रोटी वगैरह खाने रोटी खा के नहा धो के फिर आप चलते हैं जी गाइस मैं रोटी खा रहा सीगा तो मम्मा ने मैनू जूस लिया के देता तो हूँ आप जूस भी पीवेंगे खोलन यारे फाइनली जूस तो पी लिया यार मैं तो दाल बारे गल करिए मम्मी कहने दाल भी खा हूँ सारी तो रोटी तो खा लिया जूस भी पी लिया तो हूँ आप दाल दूल खा के पानी पुनी पी के बाकी अगे देखते हैं जी गाइस फाइनली हूँ पहला आप नहाने लगे हाँ तो नहा के फिर तुम मिलते हैं तो कपड़े वगैरह बदल दिए फिर पहला आप चलेंगे ट्यूशन फिर उस तो बाद जावे अच्छा बाबा जी हाँ जी गाइस फाइनली गल करिए हूँ तो आप नहा धो ले तो नहा धो के हम कपड़े वगैरह पा ले अपर पाई है तो पेंट पाई है शूज पाया तो हूँ की गल करिए हूँ आप सब तो पहला चलें जी ट्यूशन तो बाबा जी दरगाह से जाना सीगा तो बाबा जी दरगाह से जावे तो फिर ज़्यादा टाइम लग जाना बिकॉज तीन सवा तीन तो बच चुके तो साढ़े तीन बजे जाने का ट्यूशन जाने का टाइम आ तो साढ़े तीन बजे ट्यूशन जाना वा तो उस तो बाद ट्यूशन जाने तो बाद जो आप आवेंगे तो फिर आप चलेंगे जी बाबा जी दरगाह से मत्था टेकन वाले कुछ देखेंगे कुछ करेंगे तो फाइनली हूँ आप चलते हैं ट्यूशन पहला तो नाले जस्सू आई हुई है उन्होंने बुलाने तुम
ਮਾਰੇ ਕੋ ਪੰਡਤਾਣੀ ਰਾਮਗੜੀਆ ਰਾਮ ਰਾਮਗੜੀਆ ਦੇ ਘਰਾਂ ਚ ਪੰਡਤਾਣੀ ਜੰਮ ਪਈ ਇੱਕ ਸਹੀ ਗੱਲ ਆਪਾਂ ਟਿਊਸ਼ਨ ਤੋਂ ਟਿਊਸ਼ਨ ਤੇ ਚੱਲਦੇ ਹਾਂ ਟਿਊਸ਼ਨ ਤੋਂ ਆ ਕੇ ਤੁਹਾਨੂੰ ਮਿਲਦੇ ਹਾਂ ਫਾਈਨਲੀ ਆਪਣਾ ਬੈਗ ਵੀ ਰੈਡੀ ਆ ਅਤੇ ਹੁਣ ਚੱਲੀਏ ਅਤੇ ਹੁਣ ਚੱਲੇ ਸੀਗੇ ਅਤੇ ਹੁਣ ਜਸਵਿੰਦਰ ਰੋਟੀ ਖਾਣੀ ਰੋਟੀ ਖਾਣ ਲੱਗ ਗਿਆ ਵਾ ਅਤੇ ਹੁਣ ਪੰਜ ਮਿੰਟ ਰੁਕ ਕੇ ਜਾਣਾ ਪੈਣਾ ਅਤੇ ਹੁਣ ਚੱਲੀਏ ਜੀ ਟਿਊਸ਼ਨ ਅਤੇ ਆਪਾਂ ਤੁਹਾਨੂੰ ਆ ਕੇ ਮਿਲਦੇ ਹਾਂ ਫਾਈਨਲੀ ਹੁਣ ਆਪਾਂ ਚੱਲੇ ਹਾਂ ਟਿਊਸ਼ਨ ਅਤੇ ਜੱਸੂ ਥੱਲੇ ਗੇਟ ਲਾਊਗੀ ਲਾਏਗੀ ਗੇਟ ਦੇਖ ਲਾ ਬਾਈਕ ਆਪਣੀ ਆ ਖੜੀ ਆ ਪਹਿਲਾਂ ਮੈਨੂੰ ਸਾਫ ਰੱਖਿਆ ਥੋੜ੍ਹਾ ਜਿਹਾ ਬਾਕੀ ਧੋਣ ਵਾਲੀ ਤਾਂ ਪਈ ਆ ਅਤੇ ਦੇਖਦੇ ਹਾਂ ਅੱਜ ਜਾਂ ਅੱਜ ਤਾਂ ਨਹੀਂ ਕੱਲ੍ਹ ਦੇਖਦੇ ਹਾਂ ਧੋਣ ਦਾ ਫਾਈਨਲੀ ਆਪਾਂ ਟਿਊਸ਼ਨ ਪੜ੍ਹ ਲਏ ਹਾਂ ਅਤੇ ਇਸ ਟਾਈਮ ਵੱਜ ਰਹੇ ਆ 6:45 ਅਤੇ ਆਪਾਂ ਟਿਊਸ਼ਨ ਤੋਂ ਬਾਹਰ ਆ ਗਏ ਹਾਂ ਅਤੇ ਆਪਾਂ ਚਲਾ ਰਹੇ ਹਾਂ ਅਰਨਵ ਦੀ ਬੈਟਰੀ ਵਾਲੀ ਸਕੂਟਰੀ ਫਸਟ ਟਾਈਮ ਹੈ ਨਾ ਅਤੇ ਅਰਨਵ ਕਰਦਾ ਵਲੌਗ ਸ਼ੂਟ ਕਰਦਾ ਅਰਨਵ ਭਰਾਵਾ ਬ੍ਰੇਕ ਮਾਰਾਂਗਾ ਰੇਸ ਨਹੀਂ ਜਾਣੀ ਹੈਂਡਲ ਤੇ ਹੀ ਆ ਹੈਂਡਲ ਤੇ ਕਿੰਨਾ ਮੈਂ ਵੀ ਚਲਾ ਕੇ ਦੇਖੂ ਹਾਂ ਚਲਾ ਲਾ ਕਿੰਨੇ ਦਿਨ ਖਾਂਡੀ ਜਾਂਦੀ ਗੱਲ ਗੱਲ ਆਪਾਂ ਤਾਂ ਕਰ ਲਈ ਆ ਸਕੂਟਰੀ ਦਾ ਟੈਸਟ ਲੈ ਲਿਆ ਅਤੇ ਸਕੂਟਰੀ ਬਹੁਤ ਹੀ ਵਧੀਆ ਚੱਲਦੀ ਆ ਹੁਣ ਲੱਗਿਆ ਤਾਂ ਦੇਖਦੇ ਹਾਂ ਕੀ ਕਰਦਾ ਇਹ ਬਾਕੀ ਆਵਾਜ਼ ਤਾਂ ਪੂਰਾ ਨਹੀਂ ਆਉਂਦੀ ਹੈ ਨਾ ਆਵਾਜ਼ ਨਹੀਂ ਹੈਗੀ ਵਧੀਆ ਯਾਰ ਕਿੰਨੀ ਕਿਲੋਮੀਟਰ ਦੀ ਰੇਂਜ ਇਹਦੀ 50 ਕਿਲੋਮੀਟਰ ਅਤੇ 50 ਕਿਲੋਮੀਟਰ ਤੋਂ ਬਾਅਦ ਕਿੰਨੀ ਦੇਰ 'ਚ ਹੋ ਜਾਂਦਾ ਇਹ ਜੇ ਮੈਂ ਥਰਡ ਨੋਟ 'ਤੇ ਚਲਾ ਰਿਹਾ ਹਾਂ ਉੱਥੇ 50 ਦੀ ਆ ਦੂਜੇ ਗੇਟ ਪਹਿਲਾ ਗੇਟ ਪਾ ਲਾ ਉਹਦਾ ਤੇ ਫਸਟ ਟਾਈਮ ਆਪਾਂ ਪਹਿਲੀ ਵਾਰ ਅਰਨਵ ਦੀ ਐਕਟਿਵਾ ਚਲਾਈ ਆ ਤੇ ਕਿੰਨੇ ਦੀ 60 ਦੀ 60 ਦੀ ਆਪਣੇ ਉਹਦੇ ਨਾਲ ਵਾਂਗੂ ਪੈ ਗਈ ਕੀ ਵੱਜੀ ਹੈ ਕਿਤੇ ਆਹੋ ਹਲਕੀ ਵੀ ਕਿੰਨੀ ਤਾਂ ਫੇਰ ਵੀ ਹਲਕੀ ਆ ਯਾਰ ਦੇਖਿਆ ਜਾਵੇ ਤਾਂ ਜਿਹੜਾ ਕੰਪਨੀਆਂ ਦੇ ਆ ਜਾਂਦੇ ਨਾ ਹੁਣ ਜਿਹੜੀ ਸਕੂਟਰ ਆ ਗਏ ਐਕਟਿਵਾ ਸਾਨੂੰ ਬਹੁਤ ਹੀ ਵਧੀਆ ਲੱਗੀ ਕੀ ਨਾਮ ਕੀ ਕਹਿੰਦੇ ਕੀ ਆ TNR ਹੈ ਨਾ ਤੇ ਇਹਦੇ ਦਾ ਨੰਬਰ ਵੀ ਲਾਉਣ ਦੀ ਲੋੜ ਨਹੀਂ ਨਾ ਪੁਲਿਸ ਵਾਲਾ ਵੀ ਰੋਕੂ ਨਾ ਇਹ ਵਾਸਤੇ ਵਧੀਆ ਜਿਵੇਂ ਕਿੱਥੇ ਜਾਣਾ ਹੁੰਦਾ ਹਾਂ ਵੀਰੇ ਹਾਂ ਵੀਰੇ ਆ ਰੇਖ ਕੇ ਬਾਤ ਜਿੱਦ ਖੰਡੇ ਖੰਡੇ ਚਾ ਫਾਈਨਲੀ ਅਰਨਵ ਦੀ ਐਕਟਿਵਾ ਬਹੁਤ ਹੀ ਵਧੀਆ ਸੀਗੀ ਤੇ ਹੁਣ ਨਿਆਰਾ ਆ ਗਿਆ ਚਲਾ ਕੇ ਤੇ ਹੁਣ ਦੀ ਗੱਲ ਕਰੀਏ ਤਾਂ ਹੁਣ ਆਪਾਂ ਚੱਲਦੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਵਾ ਜਾਣਾ ਵਾ ਫਾਈਨਲੀ ਹੁਣ ਆਪਾਂ ਚੱਲੀਏ ਤੇ ਫਾਈਨਲੀ ਹੁਣ ਆਪਾਂ ਚੱਲੇ ਹਾਂ ਘਰ ਨੂੰ ਅਤੇ ਆਪਾਂ ਨੂੰ ਜਿਹੜੀ ਐਕਟਿਵਾ ਚਲਾਈ ਆ ਇਲੈਕਟ੍ਰਿਕ ਸਕੂਟਰੀ ਅਤੇ ਉਹ ਚਲਾ ਕੇ ਬਿਲਕੁਲ ਹੀ ਬਹੁਤ ਮੁਨੀਅਰਾ ਆਇਆ ਪੂਰਾ ਤੁਸੀਂ ਦੇਖਿਆ ਹੀ ਹੋਊਗਾ ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਜਸਵਿੰਦਰ ਹੋ ਰਿਹਾ ਅਤੇ ਅਰਨਵ ਵੀ ਜਾ ਰਿਹਾ ਘਰੇ ਚੱਲ ਵੀ ਅਰਨਵ ਨੇ ਕੱਢ ਲਈ ਐਕਟਿਵਾ ਅਤੇ ਤੂੰ ਪਹਿਲੇ ਗੇ ਤੀਤੂ ਦੇ ਤੀਜੇ ਗੇਅਰ 'ਤੇ ਚਲਾ ਰਿਹਾ ਨੂੰ ਜਿੱਦਾਂ ਕਿ ਤੁਸੀਂ ਦੇਖਿਆ ਆਪਾਂ ਇਲੈਕਟ੍ਰਿਕ ਸਕੂਟਰੀ 'ਤੇ ਫਸਟ ਟਾਈਮ ਰਾਈਡ ਕੀਤੀ ਆ ਅਤੇ ਰਾਈਡ ਕਰਕੇ ਬਹੁਤ ਹੀ ਵਧੀਆ ਲੱਗਿਆ ਅਤੇ ਆਪਾਂ ਵੀ ਇੱਕ ਸੋਚਦੇ ਪਏ ਹਾਂ ਦੇਖਾਂਗੇ ਜਦੋਂ ਟਾਈਮ ਲੱਗਿਆ ਅਤੇ ਬਾਕੀ ਹੁਣ ਦੀ ਗੱਲ ਕਰੀਏ ਤਾਂ ਹੁਣ ਫਾਈਨਲੀ ਆਪਾਂ ਘਰ ਪਹੁੰਚ ਗਏ ਹਾਂ ਅਤੇ ਹੁਣ ਆਪਾਂ ਚੱਲੀਏ ਜੀ ਬੈਗ ਵਗੈਰਾ ਰੱਖ ਤਾ ਅੰਦਰ ਅਤੇ ਹੁਣ ਆਪਾਂ ਚੱਲੀਏ ਬਾਬਾ ਜੀ ਦੇ ਮੱਥਾ ਟੇਕਣ ਅਤੇ ਹੁਣ ਆਪਾਂ ਲੈ ਕੇ ਜਾਣਾ ਨਾਲ ਅਰਜੁਨ ਨੂੰ ਅਤੇ ਅਰਜੁਨ ਨੂੰ ਆਪਾਂ ਫੋਨ ਵਗੈਰਾ ਕਰਦੇ ਹਾਂ ਦੇਖਦੇ ਹਾਂ ਕੀ ਕਹਿੰਦਾ ਉਹ ਅਤੇ ਫਾਈਨਲੀ ਹੁਣ ਆਪਾਂ ਚੱਲਦੇ ਹਾਂ ਜੀ
ਹਾਂਜੀ ਗਾਈਸ, ਫਾਈਨਲੀ ਹੁਣ ਆਪਾਂ ਚੱਲਿਆ ਜੀ, ਅਤੇ ਹੁਣ ਚੱਲਦੇ ਹਾਂ ਨਾਲ, ਅਤੇ ਲੈਂਦੇ ਹਾਂ ਨਾਲ ਮੁੰਡੇ ਨੂੰ ਜਿਹਨੇ ਜਾਣਾ। ਫਾਈਨਲੀ ਹੁਣ ਆਪਾਂ ਚੱਲੇ ਹਾਂ ਜੀ, ਅਤੇ ਹੁਣ ਦੀ ਗੱਲ ਕਰੀਏ ਤਾਂ ਕੀ ਨਾਮ ਆ, ਇੱਕ ਗੱਲ ਯਾਦ ਆ ਰਹੀ ਸੀ, ਹਾਂ ਅਰਜੁਨ ਦੀ, ਅਰਜੁਨ ਦੀ ਗੱਲ ਯਾਦ ਆ ਰਹੀ ਸੀ। ਅਤੇ ਅਰਜੁਨ ਦੀ ਗੱਲ ਕਰੀਏ ਤਾਂ ਅਰਜੁਨ ਹੈ ਨੀਗਾ, ਅਰਜੁਨ ਗਿਆ ਹੋਇਆ ਦਿੱਲੀ, ਅਤੇ ਆਪਾਂ ਉਹਨੂੰ ਲੈ ਕੇ ਜਾਣਾ ਸੀ, ਅਤੇ ਹੁਣ ਆਪਾਂ ਇਕੱਲੇ ਜਾਵਾਂਗੇ ਕਿਉਂਕਿ ਅਰਜੁਨ ਵੀ ਨਹੀਂ ਹੈਗਾ, ਅਤੇ ਲਵੀ ਨੂੰ ਵੀ ਅੱਜ ਕੰਮ ਪੈ ਗਿਆ, ਅਤੇ ਆਪਾਂ ਹੁਣ ਇਕੱਲੇ ਚੱਲ ਰਹੇ ਹਾਂ, ਅਤੇ ਹੁਣ ਉੱਥੇ ਜਾ ਕੇ ਮਿਲਦੇ ਹਾਂ ਜੀ। Till I get up, time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And on we'll go through wastelands, through the highways. ਜੀ ਬਾਬਾ ਜੀ ਦਰਗਾਹ 'ਤੇ ਮੱਥਾ ਟੇਕ ਲਿਆ ਵਾ, ਅਤੇ ਹੁਣ ਆਪਾਂ ਚੱਲੇ ਹਾਂ ਘਰ ਨੂੰ, ਅਤੇ ਆਉਂਦੇ ਹੋਏ 40-50 ਦੀ ਸਪੀਡ 'ਤੇ ਆਏ ਸੀਗੇ, ਅਤੇ ਯਾਰ 40-50 ਦੀ ਸਪੀਡ ਦੇਖੀ ਜਾਵੇ ਤਾਂ ਠੰਡ ਬਹੁਤ ਲੱਗ ਰਹੀ ਸੀਗੀ, ਅਤੇ ਹੁਣ ਆਪਾਂ ਆਰਾਮ ਨਾਲ ਜਾਵਾਂਗੇ 30-40 ਸਪੀਡ 'ਤੇ, ਅਤੇ ਹੁਣ ਚੱਲਦੇ ਹਾਂ ਜੀ। ਅਤੇ ਫਾਈਨਲੀ ਆਪਾਂ ਉੱਥੇ ਸੀਗੇ, ਅਤੇ ਸਾਹਮਣੇ ਬਾਬਾ ਜੀ ਦਰਗਾਹ ਵਾ ਜੀ, ਅਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਅਤੇ ਇੱਥੇ ਸਾਹਮਣੇ ਇੱਕ ਤਰ੍ਹਾਂ ਦਾ ਕੈਂਪ ਆ ਜਿਹੜਾ ਫੌਜੀਆਂ ਦਾ ਹੁੰਦਾ, ਰੈਫਿਊਜੀ ਕੈਂਪ। ਅਤੇ ਹੁਣ ਆਇਆ ਵਾ ਮੈਂ, ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਯਾਰ, ਮੇਰਾ ਅੱਜ ਜਿੰਮ ਕਰਨ ਨੂੰ ਪੂਰਾ ਮਨ ਨਹੀਂ ਕਰਦਾ ਪਿਆ, ਦੇਖਦੇ ਕੀ ਕਰਨ ਲੱਗੇ। ਮੈਂ ਤਾਂ 5 ਮਿੰਟ ਤੱਕ ਕੱਪੜੇ ਚੇਂਜ ਕਰਕੇ, ਫਾਈਨਲੀ ਹੁਣ ਆਪਾਂ ਕੱਪੜੇ ਵਗੈਰਾ ਚੇਂਜ ਕਰ ਲਿਆ, ਅਤੇ ਪਜਾਮਾ ਵਗੈਰਾ ਪਾ ਲਿਆ ਮੈਂ, ਅਤੇ ਹੁਣ ਗੱਲ ਕਰੀਏ ਤਾਂ ਹੁਣ ਰੋਟੀ ਖਾਣ ਲੱਗਿਆ ਸੀਗਾ, ਅਤੇ ਰੋਟੀ ਰੋਟੀ ਖਾ ਕੇ ਫਿਰ ਸੋਨੇ ਹਾਂ। ਮਟਰ ਪਨੀਰ ਦੀ ਸਬਜ਼ੀ, ਅਤੇ ਮੈਂ ਥੋੜ੍ਹੀ ਦਾਲ ਪਈ ਸੀ, ਦਾਲ ਮਿਕਸ ਕਰ ਲਈ ਮੈਂ, ਅਤੇ ਨਾਲ ਰੋਟੀ, ਅਤੇ ਹੁਣ ਖਾ ਕੇ ਮਿਲਦੇ ਹਾਂ। ਹਾਂਜੀ ਗਾਈਸ, ਫਾਈਨਲੀ ਹੁਣ ਰੋਟੀ ਵਗੈਰਾ ਖਾ ਲਈਆ, ਰੋਟੀ ਵਗੈਰਾ ਖਾ ਕੇ ਹੁਣ ਮੈਂ ਪੈਣ ਲੱਗਿਆ ਸੀਗਾ, ਅਤੇ ਮੈਂ ਸੋਚਿਆ ਚਲੋ ਵਲੌਗ ਨੂੰ ਵੀ ਐਂਡ ਕਰ ਦਈਏ, ਅਤੇ ਹੁਣ ਫਾਈਨਲੀ ਆਪਾਂ ਵਲੌਗ ਨੂੰ ਐਂਡ ਕਰਦੇ ਹਾਂ, ਅਤੇ ਹੁਣ ਮੈਂ ਵੀ ਪੈਣ ਲੱਗਾ ਮੈਂ, ਅਤੇ ਵੱਜ ਗਏ ਆ 11 ਤੋਂ ਵੱਜ ਗਏ ਆ ਰਾਤ ਦੇ, ਅਤੇ ਹੁਣ ਆਪਾਂ ਵਲੌਗ ਨੂੰ ਕਰਦੀ ਐਂਡ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ, ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਚੈਨਲ ਨੂੰ ਸਪੋਰਟ ਕਰਨਾ ਵੀ ਨਾ ਭੁੱਲਿਓ, ਅਤੇ ਕਮੈਂਟ 'ਚ ਸਾਨੂੰ ਜ਼ਰੂਰ ਦੱਸਿਓ ਕਿ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ, ਆਪਾਂ ਇੱਦਾਂ ਦੇ ਇੰਟਰਸਟਿੰਗ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ, ਅਤੇ ਓਕੇ ਜੀ, ਟਾਟਾ। ਹੁਣ ਆਪਾਂ ਮਿਲਦੇ ਜੀ ਆਪਣੇ ਨੈਕਸਟ ਵਲੌਗ 'ਚ, ਥੈਂਕ ਯੂ ਸੋ ਮੱਚ ਫੋਰ ਵਾਚਿੰਗ।